ਆਪਾਂ ਆ ਗਏ ਆ ਏਅਰਪੋਰਟ ਤੇ ਇੱਥੇ ਕਰਨ ਲੱਗੇ ਆ ਸਟਾਰਟ ਸਵੇਰ ਦੇ ਹੋ ਗਏ ਆ ਜੀ 9:30 ਤੇ ਆਪਾਂ ਪਹੁੰਚੇ ਆ ਏਅਰਪੋਰਟ ਏਅਰਪੋਰਟ ਆਪਾਂ ਨੂੰ ਲਾਈਕ 11:50 ਤੇ ਫਲਾਈਟ ਤੁਰਨੀ ਆ ਤੇ ਫਿਰ ਉਸ ਤੋਂ ਪਹਿਲਾਂ ਆਪਾਂ ਆਪਣਾ ਚੈੱਕ ਆਊਟ ਵਗੈਰਾ ਸਭ ਕੁਝ ਕਰਵਾਉਣਾ ਆ ਤੇ ਅੱਗੂ ਵੀ ਰੈਡੀ ਮਮਸ ਵੀ ਰੈਡੀ ਐਂਡ ਮੀ ਆਲਸੋ ਜਾਨੂ ਜੀ ਸਾਨੂੰ ਛੱਡਣ ਜਾ ਰਹੇ ਆ ਕਰਵਾਉਣੀ ਆ ਆਊਟ ਹੋ ਗਿਆ ਸਾਰੇ ਬੈਗ ਫਾਈਨਲ ਹੋ ਗਏ ਆ ਤੇ ਹੁਣ ਆਪਾਂ ਜਾਣਾ ਉੱਪਰ ਗੇਟ ਦੇ ਪਰ ਪਹਿਲਾਂ ਹਨਾ ਆਪਾਂ ਸਾਰੇ ਬੈਗ ਲਗੇ ਸਭ ਚੈੱਕਅਟ ਕਰਵਾ ਤੇ ਆਪਣੇ ਕੋਲ ਰਹਿ ਗਏ ਆ ਪ੍ਰੈਮ 2 ਹੈਂਡ ਬੈਗ ਤੇ ਬੇਬੀ ਬੈਗ ਦੈਟਸ ਇਟ ਇਹ ਜਾਨੂ ਜੀ ਲੱਗੇ ਹੋਏ ਮੰਮੀ ਉੱਥੇ ਲੱਗੇ ਹੋਏ ਆ ਦੋਨੋਂ ਜਾਣੇ ਉਹਨੂੰ ਸਟਰਗਲ ਫਾਰਮੂਲਾ ਪਿਆਉਣ ਹਨਾ ਕਿਉਂਕਿ ਅਗਮ ਪੀ ਨਹੀਂ ਰਿਹਾ ਤੇ ਬਹੁਤ ਜ਼ਿਆਦਾ ਹੋ ਰਿਹਾ ਗਾਣਾ ਹੁਣ ਮੈਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੋ ਰਹੀ ਹੈ ਕਿਉਂਕਿ ਆਪਾਂ ਇੰਡੀਆ ਜਾ ਰਹੇ ਹਾਂ ਨਾ ਇੰਡੀਆ ਜਾਂਦੀ ਐਕਸਾਈਟਮੈਂਟ ਕਿਹਨੂੰ ਨਹੀਂ ਹੁੰਦੀ ਅਤੇ ਮੈਨੂੰ ਤਾਂ ਬਹੁਤ ਜ਼ਿਆਦਾ ਆ ਅਤੇ ਚਲੋ ਹੋਪਸ ਹੋ ਕਿ ਸਭ ਕੁਝ ਵਧੀਆ ਵਧੀਆ ਹੋਵੇ ਅਤੇ ਸਫ਼ਰ ਵਧੀਆ ਲੰਘੇ ਅਗਮ ਨਾਲ ਥੋੜ੍ਹਾ ਜਿਹਾ ਔਖਾ ਜਿਹਾ ਲੱਗਦਾ ਵੀ ਹਾਂ ਐਵੇਂ ਹੈ ਨਾ ਬਟ ਠੀਕ ਆ ਕਿ ਹੋ ਜੂਗਾ ਸਭ ਕੁਝ ਸੈੱਟ ਹੈ ਨਾ ਇੰਨੀਆਂ ਸਾਰੀਆਂ ਚੀਜ਼ਾਂ ਚੱਕਣੀਆਂ ਬੇਬੀ ਨੂੰ ਹੈਂਡਲ ਕਰਨਾ ਬਹੁਤ ਕਿਉਂਕਿ 8 ਘੰਟੇ ਦਾ ਸਿੰਗਾਪੁਰ ਸਟੇ ਆ ਉਹ ਤੋਂ 6 ਘੰਟੇ ਦੀ ਫਲਾਈਟ ਅਗੇਨ ਆ ਦਿੱਲੀ ਦੀ ਫਿਰ ਦਿੱਲੀ ਤੋਂ ਫਿਰ 6-7 ਘੰਟੇ ਆਪਾਂ ਨੂੰ ਘਰ ਜਾਣ 'ਚ ਲੱਗਣਗੇ ਨਾ ਚਲੋ ਇੰਡੀਆ ਦਾ ਸਫ਼ਰ ਦੇਖਦੇ ਹਾਂ ਕਿੱਦਾਂ ਦਾ ਲੱਗਦਾ ਬਹੁਤ ਟਾਈਮ ਮੈਂ 2.5 ਸਾਲਾਂ ਬਾਅਦ ਵਾਪਸ ਜਾ ਰਹੀ ਹਾਂ ਨਾ ਆ ਗਏ ਦੇਸ਼ੀ ਪੀ ਲਿਆ ਨੇ ਦੁੱਧ ਕਿਉਂ ਹੋ ਰਹੀ ਹੈ ਪੂਰੀ ਤਿਆਰੀ ਕੋਕੋ ਮੈਲਨ ਏਅਰਪੋਰਟ ਤੇ ਲੈ ਗਏ ਹੱਥ ਦੇ ਵਿੱਚ ਫੜ ਕੇ ਲੈ ਗਏ ਨੱਚੀ ਜਾਂਦਾ ਪਰ ਦੁੱਧ ਨਹੀਂ ਪੀਂਦਾ ਵੇਖ ਲੈ ਏਡਾ ਖਰਾਬ ਆ ਹਾਂ ਚਲੋ ਆਪਣਾ ਬੂਬੀ ਮੇਰੇ ਪਾਸੇ ਹੁਣ ਆਪਾਂ ਚੱਲੇ ਇਹਦੇ ਉੱਪਰ ਤੇ ਨਹੀਂ ਜਾ ਸਕਦੇ ਕਿ ਲੱਗਦਾ ਫਲਾਈਟ ਮੰਮੀ ਨੇ ਵੀ ਤਾਂ ਉੱਪਰ ਜਾਣਾ ਇੱਥੇ ਜਾਣਾ ਪੈਂਦਾ ਸੀ ਨੀਚੇ ਥੋੜੀ ਆ ਹਾਂ ਉਹਦੇ ਵਿੱਚ ਦੀ ਲੈ ਕੇ ਗਏ ਸੀ ਜਾਨੂੰ ਹਾਂ ਇਹਦੇ ਵਿੱਚ ਦੀ ਜਾਣਾ ਫਲਾਈਟ ਦੇ ਉੱਪਰ ਦੀ ਆ ਦੇਖੋ ਇਹਦੇ ਉੱਪਰ ਜਾਣ ਨੂੰ ਹੈਗਾ ਤਾਂ ਇੰਟਰਨੈਸ ਅਰ ਇੰਟਰ ਚਲੋ ਲੈਟਸ ਗੋ ਅਗਰ ਨੀ ਜੈਕਟ ਚੱਕ ਲਈ ਤਾਂ ਰੈਡ ਰੀ ਹਾਂ ਚੱਕ ਮੰਮਾ ਹੁਣ ਕਿੱਧਰ ਲਾਸਟ ਟਾਈਮ ਮੰਮਾ ਕਿੱਧਰ ਲੰਘੇ ਸੀ ਮੈਂ ਲਾਸਟ ਟਾਈਮ ਉਦੋਂ ਆਈ ਸੀ ਜਦੋਂ ਅਗਮ ਨੂੰ ਆਪਾਂ ਉੱਥੇ ਲੈ ਕੇ ਗਏ ਸੀਗੇ ਨਵੇਂ ਸਵਾਣ ਲੱਗਦਾ ਤਾਂ ਸਵਾਣ ਹੀ ਸਵਾਣ ਚੱਕਿਆ ਆਪਾਂ ਚੱਲੇ ਇੰਟਰਨੈਸ਼ਨਲ ਫਲਾਈਟ ਟੂ ਪੈਟਰੋ ਵੱਲ ਅਤੇ ਫਿਰ ਉਸ ਤੋਂ ਬਾਅਦ ਜਾਨੂ ਜੀ ਘਰ ਚਲੇ ਜਾਣਗੇ ਅਤੇ ਮੈਂ ਅਤੇ ਮੰਮੀ ਅਤੇ ਅਗਮ ਫਲਾਈਟ 'ਚ ਚਲੇ ਜਾਵਾਂਗੇ ਫਲਾਈਟ ਦਾ ਮਤਲਬ ਵੀਡੀਓ ਇੱਦਾਂ ਪ੍ਰੋਪਰ ਹਰ ਕਿਸੇ ਦੀ ਨਹੀਂ ਬਣਾ ਸਕਦੇ ਅਤੇ ਪ੍ਰਾਈਵੇਸੀ ਦਾ ਥੋੜ੍ਹਾ ਜਿਹਾ ਧਿਆਨ ਰੱਖਦੇ ਆ ਅਤੇ ਬਾਕੀ ਆਪਾਂ ਦੇਖਦੇ ਹਾਂ ਅੱਗੇ ਜਾ ਕੇ ਅਗਮ ਦੀ ਪਹਿਲੀ ਹਾਂਜੀ ਇਸ ਤੋਂ ਬਾਅਦ ਥੋੜ੍ਹੀ ਜਿਹੀ ਆਵਾਜ਼ ਦੀ ਪ੍ਰੋਬਲਮ ਆਊਗੀ ਕਿਉਂਕਿ ਆਪਾਂ ਰਿਕਾਰਡ ਨਹੀਂ ਕਰ ਪਾ ਰਹੇ ਸਾਰੇ ਸੌ ਰਹੇ ਹੁੰਦੇ ਆ ਨਾ ਵਿੱਚ ਵਿੱਚ ਜਿਹੜੇ ਜਾਣ ਵਾਲੇ ਟਰੈਵਲਰ ਹੁੰਦੇ ਆ ਸਫ਼ਰ ਕਰਦੇ ਆ ਨਾ ਇੱਥੇ ਦਿੱਤਾ ਹੈ ਅਗਮ ਨੂੰ ਇੱਕ ਬੈਸੀਨੇਟ ਜਿਹਦੇ ਵਿੱਚ ਅਗਮ ਨੂੰ ਆਪਾਂ ਬਸਾਂ ਹੀ ਤੰਗ ਧੁੱਕ ਕੇ ਪਾਇਆ ਕਿਉਂਕਿ
ਆਦਮ ਦੀ ਹਾਈਟ ਲੰਬੀ ਆ ਤਾਂ ਉਹਦੇ ਕਰਕੇ ਉਹ ਵੈਸੀਨੇਟ ਦੇ ਵਿੱਚ ਨਹੀਂ ਆਉਂਦਾ, ਤਾਂ ਉਹਨੇ ਥੋੜ੍ਹਾ ਜਿਹਾ ਉਹਦੀਆਂ ਲੱਤਾਂ ਇਕੱਠੀਆਂ ਕਰਕੇ ਵਿਚਾਰੇ ਉਹਨੂੰ ਵਿੱਚ ਬਿਠਾਉਣਾ ਪਿਆ। ਇਹ ਆਪਾਂ ਲਾਇਆ ਈਅਰਪਲੱਗਸ ਕਿਉਂਕਿ ਜਦੋਂ ਜਹਾਜ਼ ਨੇ ਫਲਾਈ ਕਰਨਾ ਹੁੰਦਾ ਉਦੋਂ ਬਹੁਤ ਜ਼ਿਆਦਾ ਸ਼ੋਰ ਹੁੰਦਾ। ਮੰਮੀ ਕਰਨ ਲੱਗ ਗਏ ਆ ਪਾਠ, ਤਾਂ ਫਿਰ ਆਪਾਂ ਹੁਣ ਲੱਗੇ ਆਪਣੀ ਮੂਵੀ ਦੇਖਣ, ਜਿਹੜੀ ਕਿ ਸਾਹਮਣੇ ਸਕਰੀਨ ਲੱਗੀ ਹੁੰਦੀ ਹੈ ਅਤੇ ਉਹਦੇ ਆਪਾਂ ਮੂਵੀ ਵੇਖਾਂਗੇ। ਅਤੇ ਮੰਮੀ ਵੀ ਪੂਰੀ ਐਕਸਾਈਟਡ ਕਿ ਹੁਣ ਆਪਣੇ ਦੋ ਤਿੰਨ ਲੈ ਕੇ ਚੱਲੇ ਆ। ਅਤੇ ਮਹਾਰਾਜ ਜੀ ਇੱਥੇ ਕਰ ਰਹੇ ਨੇ ਵਿਸ਼ਰਾਮ ਆਰਾਮ ਨਾਲ, ਸ਼ੁਕਰ ਹੈ ਕਿਉਂਕਿ ਬੀਬੀ ਨੂੰ ਹੈ ਕੈਰੀ ਕਰਨਾ ਬਹੁਤ ਮੁਸ਼ਕਲ ਹੁੰਦਾ, ਬਹੁਤ ਔਖਾ ਹੁੰਦਾ। ਤਾਂ ਆਪਾਂ ਇਸ ਕਰਕੇ ਅਗਮ ਨੂੰ ਬੈਸੀਨੇਟ ਦੇ ਵਿੱਚ ਹੀ ਸੁਲਾਇਆ ਹੋਇਆ ਆ। ਅਤੇ ਇਹ ਹੈ ਸਾਡੇ ਜਹਾਜ਼ ਦਾ ਥੋੜ੍ਹਾ ਜਿਹਾ ਦਿੱਖ, ਆਰਾਮ ਨਾਲ ਸੋਈਆਂ ਸੋਈਆਂ ਹੋ ਰਹੀਆਂ ਨੇ ਅਗਮ ਦੀਆਂ। ਅਤੇ ਮੰਮੀ ਕਰ ਰਹੇ ਸੀ ਪਾਠ, ਅਤੇ ਹੁਣ ਉਹਨੇ ਆਪਾਂ ਨੂੰ ਸਨੈਕਸ ਦੇ ਵਜੋਂ ਮੈਂ ਲਿਆ ਸੀ ਔਰੇਂਜ ਜੂਸ ਨਾਲ ਕਰੈਕਰ, ਅਤੇ ਮੰਮਾ ਨੇ ਲਿਆ ਆ ਐਪਲ ਜੂਸ ਅਤੇ ਉਹਦੇ ਨਾਲ ਕਰੈਕਰ। ਅਤੇ ਆਪਾਂ ਹੁਣ ਦੋਨੋਂ ਜਾਣੇ ਆਪਣੀ ਮੀਲ ਦਾ ਲੈਂਦੇ ਹਾਂ ਆਨੰਦ, ਕਿਉਂਕਿ ਮੈਨੂੰ ਕਾਫੀ ਮੇਰਾ ਸੰਗ ਵੀ ਸੁੱਕ ਰਿਹਾ ਸੀਗਾ, ਹੈ ਨਾ, ਬਹੁਤ ਤੜਾ ਮਤਲਬ ਲੱਗ ਰਿਹਾ ਸੀ ਕਿਉਂਕਿ ਭੱਜ ਕੇ ਆਉਣਾ, ਸਮਾਨ ਸਾਰਾ ਖੁਦ ਚੱਕ ਕੇ ਮੈਂ ਲੈ ਕੇ ਆਈ, ਇੰਨਾ ਸਾਰਾ ਸਮਾਨ ਸੀ ਮੇਰਾ, ਥੱਕ ਗਈ। ਹੁਣ ਆਪਣੀ ਵਾਰੀ ਆਉਂਦੀ ਹੈ ਜੀ ਮੀਲ ਦੀ, ਆਪਣਾ ਜਿਹੜਾ ਆਪਾਂ ਬ੍ਰੈਕਫਾਸਟ ਕਰਨ ਲੱਗੇ, ਲੰਚ ਕਹਿ ਲਓ। ਇਹਨਾਂ ਨੇ ਪਤਾ ਨਹੀਂ ਕੀ ਦਿੱਤਾ ਸੀ ਬਟ ਬਹੁਤ ਹੀ ਜ਼ਿਆਦਾ ਟੇਸਟੀ ਸੀ, ਮਤਲਬ ਟੇਸਟਲੈਸ ਸੀ, ਲੈ ਕੇ ਇਹਦੇ ਵਿੱਚ ਲੂਣ ਮਿਰਚ ਨਹੀਂ ਸੀ। ਇਹ ਆਪਾਂ ਨੂੰ ਮਿਲਿਆ ਆ, ਇਹ ਕੁਛ ਕੱਪਕੇਕ ਦੀ ਤਰ੍ਹਾਂ ਹੀ ਆ। ਅਤੇ ਹੁਣ ਆਪਾਂ ਓਪਨ ਕਰਾਂਗੇ। ਨਾਲ ਇਹਨੇ ਥੋੜ੍ਹਾ ਜਿਹਾ ਬਟਰ ਦਿੱਤਾ ਆ, ਪਾਣੀ ਵਾਲਾ ਛੋਟੀ ਜਿਹੀ ਉਹ ਗਲਾਸ ਦਿੱਤੀ ਆ, ਨਾਲ ਇਹਦੇ ਵਿੱਚ ਆਪਣਾ ਇੰਡੀਅਨ ਫੂਡ ਆ, ਉਹਦੇ ਵਿੱਚ ਇੱਕ ਮਿਲਕ ਵਾਲੀ ਮਤਲਬ ਆ ਦਿੱਤੀ ਆ ਨਾ, ਐਡੀ ਕੋਕੇਨ ਜੀ, ਅਤੇ ਨਾਲ ਇੱਕ ਡਬਲ ਰੋਟੀ ਜੀ ਦਿੱਤੀ ਆ ਪਫ। ਅਤੇ ਇਹਦੇ ਵਿੱਚ ਜਿਹੜੇ ਆਪਣੇ ਸਪੂਨ ਵਗੈਰਾ ਹੁੰਦੇ ਨੇ ਗੇ, ਫੋਕ ਵਗੈਰਾ ਹੁੰਦਾ ਨਾ, ਉਹ ਸਾਰਾ ਕੁਛ ਆ। ਇੱਕ ਆਪਾਂ ਨੂੰ ਦਿੱਤੀ ਆ ਇੱਦਾਂ ਦੀ ਵਾਈਪ, ਜਿਹੜੇ ਆਪਾਂ ਆਪਣੇ ਹੈਂਡ ਵਾਸ਼ ਕਰ ਸਕਦੇ, ਲਾਈਕ ਸਾਫ ਸਾਫ ਕਰ ਸਕਦੇ ਹਾਂ। ਨਾਲ ਮੇਰੀ ਆਪਣੀ ਵੀ ਫਿਲਮ ਚੱਲੀ ਜਾਂਦੀ ਸੀ ਫੋਨ ਦੇ ਉੱਤੇ, ਨਾਲ ਤੁਸੀਂ ਦੇਖਦੇ ਹੋ ਮੇਰਾ ਜਿਹੜਾ ਫੋਨ ਪਿਆ ਆ। ਚਲੋ ਜੀ ਹੁਣ ਆਪਾਂ ਕਰਦੇ ਹਾਂ ਆਪਣਾ ਲੰਚ, ਅਤੇ ਫਿਰ ਤੁਹਾਨੂੰ ਮਿਲਦੇ ਹਾਂ ਉਸ ਤੋਂ ਬਾਅਦ। ਥੋੜ੍ਹੀ ਜਿਹੀ ਰਾਈਸ ਹੁੰਦੀ, ਇੱਕ ਪਾਸੇ ਦਾਲ ਸੀ, ਇੱਕ ਪਾਸੇ ਥੋੜ੍ਹੀ ਜਿਹੀ ਮਤਲਬ ਵੈਜ ਵਾਲੀ ਸੀਗੀ, ਵੈਜਿਸ ਵਗੈਰਾ ਸੀਗੀਆਂ। ਅਤੇ ਅਗਮ ਵੀ ਸੋ ਰਿਹਾ, ਅਤੇ ਅਸੀਂ ਜਿੰਨਾ ਟਾਈਮ ਅਗਮ ਸੋ ਰਿਹਾ ਅਤੇ ਉਨਾ ਟਾਈਮ ਜਲਦੀ ਜਲਦੀ ਖਾਣਾ ਖਾ ਲਈਏ, ਕਿਉਂਕਿ ਫਿਰ ਉਸ ਤੋਂ ਬਾਅਦ ਇਹਨੇ ਖਾ ਨਹੀਂ ਦੇਣਾ ਅਤੇ ਫਿਰ ਪ੍ਰੋਬਲਮ ਹੋ ਜਾਣੀ ਆ। ਪਹਿਲਾਂ ਮੈਂ ਆਪਣਾ ਖਾਣਾ ਖਾਧਾ, ਅਤੇ ਹੁਣ ਮੰਮਾ ਨੇ ਖਾਣਾ ਖਾਧਾ ਆ। ਉਹ ਵਿੱਚੋਂ ਵਿੱਚੋਂ ਜਿਨ੍ਹਾਂ ਦਾ ਖਾਣਾ ਜਿੱਦਾਂ ਜਿੱਦਾਂ ਹੁੰਦਾ ਉਹਨਾਂ ਨੂੰ ਉੱਦਾਂ ਉੱਦਾਂ ਸਰਵ ਕਰਦੇ ਆ, ਸਾਰਿਆਂ ਨੂੰ ਨਾਲ ਨਾਲ ਸਰਵ ਨਹੀਂ ਕਰਦੇ ਇੱਕ ਵਾਰੀ 'ਚ, ਕਿਉਂਕਿ ਪ੍ਰੋਬਲਮ ਹੁੰਦੀ ਆ। ਇਹ ਸਾਡਾ ਸ਼ੈਤਾਨ ਉੱਠ ਗਿਆ ਆ ਨਾਲ ਨਾਲ, ਅਤੇ ਹੁਣ ਦੇਖੋ ਤੁਸੀਂ ਕਿੱਦਾਂ ਇਹਨੇ ਗਾਹ ਪਾਇਆ। ਪਹਿਲਾਂ ਸਾਡੇ ਜਿਹੜੇ ਆ ਮੈਗਜ਼ੀਨ ਵਗੈਰਾ ਪੇਪਰ ਵਗੈਰਾ ਸੀ ਸਾਰੇ ਖਿਲਾਰੇ, ਹੁਣ ਇਹ ਦੇਖੋ ਕਿੱਦਾਂ ਆਰਾਮ ਨਾਲ ਉੱਥੋਂ ਚੱਕ ਚੱਕ ਖਿਲਾ ਦੀ ਜਾਂਦਾ। ਬਹੁਤ ਤੰਗ ਕੀਤਾ ਨੇ ਫਲਾਈਟ 'ਚ, ਬਹੁਤ ਜ਼ਿਆਦਾ ਇੱਧਰ ਉੱਧਰ ਸਭ ਕੁਛ ਖਿਲਾਰ ਕੇ ਰੱਖਿਆ ਸੀ। ਵੈਸੀਨੇਟ 'ਚ ਤਾਂ ਇਹ ਬਹੁਤ ਘੱਟ ਰੁਕਦਾ, ਤੁਸੀਂ ਦੇਖੋ ਇਹਦਾ ਕੀ ਹਾਲਤ ਹੋ ਰਹੀ ਆ। ਕੋਈ ਇਹਨੂੰ ਨਹੀਂ, ਸਾਡੇ ਨਾਲ ਵਾਲੀ ਸੀਟ 'ਤੇ ਵੀ ਇੱਕ ਪੈਸੰਜਰ ਬੈਠੇ ਸੀ ਨਾ, ਤਾਂ ਉਹ ਵੀ ਵਿਚਾਰੇ ਕਹਿੰਦੇ ਸੀ ਸੋ ਕੇ ਕੋਈ ਗੱਲ ਨਹੀਂ, ਬੇਬੀਜ਼ ਇੱਦਾਂ ਹੀ ਕਰਦੇ ਹੁੰਦੇ ਆ, ਪਰ ਲਾਈਕ ਬੇਬੀ ਨਾਲ ਪਹਿਲੀ ਵਾਰ ਸਫ਼ਰ ਕਰਨਾ, ਓ ਮਾਈ ਗੋਡ, ਬਹੁਤ ਮੁਸ਼ਕਿਲ ਸੀ। ਹੁਣ ਅਸੀਂ ਇਹਨੂੰ ਆਪਣੇ ਨਾਲ ਕੋਲ ਬਿਠਾਇਆ ਆ ਸੀਟ ਦੇ ਉੱਪਰ, ਅਤੇ ਹੁਣ ਲੰਮ ਲੰਮ ਕੇ ਪਿੱਛੇ ਗੋਰੇ ਨਾਲ ਗੱਲਾਂ ਮਾਰੀ ਜਾਂਦਾ। ਉਹਦੇ ਨਾਲ ਤਾਂ ਇੰਨਾ ਕੁ ਜ਼ਿਆਦਾ ਖੇਡਿਆ ਅਗਮ, ਬਹੁਤ ਜ਼ਿਆਦਾ ਹੈ ਨਾ, ਉਹਦੇ ਨਾਲ ਬਹੁਤ ਇੰਜੋਏ ਕੀਤਾ, ਅਤੇ ਹੁਣ ਇਹ ਜੀਭਾਂ ਕੱਢ ਕੇ ਬਸ ਚਖਾ ਰਿਹਾ ਆ। ਉੱਪਰ ਸਕਰੀਨ ਦੇ ਉੱਤੇ ਆਪਾਂ ਜਦ ਟੱਚ ਕਰਕੇ ਦੇਖ ਸਕਦੇ ਕਿ ਆਪਣਾ ਜਹਾਜ਼ ਕਿੱਥੇ ਪਹੁੰਚਿਆ, ਕਿੱਥੇ ਕਿੰਨੀ ਦੂਰ ਰਹਿ ਗਿਆ। ਤਾਂ ਇਹ ਹਜੇ ਆਸਟ੍ਰੇਲੀਆ ਹੀ ਟੱਪਿਆ ਸੀ, ਲਾਈਕ ਅਸੀਂ ਅੱਧੇ ਤੋਂ ਜ਼ਿਆਦਾ ਟਾਈਮ ਕੰਪਲੀਟ ਕਰ ਲਿਆ ਸੀ, ਪਰ ਇਹ ਸਿਰਫ ਆਸਟ੍ਰੇਲੀਆ ਹੀ ਟੱਪਿਆ ਸੀ। ਆਸਟ੍ਰੇਲੀਆ ਦੇ ਕੋਰਨਰ 'ਤੇ ਆ ਬਿਲਕੁਲ, ਫਿਰ ਉਸ ਤੋਂ ਬਾਅਦ ਇਹ ਹੁਣ ਸਿੰਗਾਪੁਰ ਨੂੰ ਰਵਾਨਾ ਹੋਣਾ ਹੈ ਨਾ, ਮਤਲਬ ਉੱਥੇ ਹੀ ਕੋਈ ਸਟੇ ਨਹੀਂ ਸੀ ਵਿਚਾਲੇ। 10 ਤੋਂ 12 ਘੰਟਿਆਂ ਦੀ ਫਲਾਈਟ ਸੀ ਸਾਡੀ ਸਿੰਗਾਪੁਰ ਦੀ ਕ੍ਰੈਸ਼ਸ ਤੋਂ ਲੈ ਕੇ, ਅਤੇ ਜਿਹੜਾ ਸਿੰਗਾਪੁਰ ਸਾਡਾ ਸਟੇ ਆ ਉਹ ਘੱਟੋ ਘੱਟ 8 ਘੰਟਿਆਂ ਦਾ ਸੀ, ਅਤੇ ਉਸ ਤੋਂ ਬਾਅਦ ਜਿਹੜੀ ਸਾਡੀ ਫਲਾਈਟ ਸੀ ਸਿਰਫ 5.5 ਘੰਟਿਆਂ ਦੀ ਸੀ ਦਿੱਲੀ ਦੀ।
चलो जी अपना आ गया डिनर, तो हम आप डिनर कर लेने ये अपन सैलड दिता है, बड़ा ही कैंट चिक पीस से सैलड आते, एक अपन कप केक दिता नाल वॉटर मिल्क एंड बटर बन के नाल अपना जो इंडियन फूड जिदा कि होंगे पिछली फाइट से पिछले वाले जो मील से दिखाए थे थोड़ा मील सिमिलर होंगे या इदा का कुछ ना कुछ होंगे अपन, पर फूड मतलब सिंगापुर वाले का बहुत ज़्यादा कैंट होंगे लाइक थोड़ा खा के ना हैवी हैवी जहाँ नहीं लगता, मतलब बहुत ज़्यादा वधिया होंगे या ये उदा ही उदा मटर गाजर गोभी वगैरह की सब्जी से नाल दाल से विचाले उन्होंने राइस पाए हुए थे, बहुत ही ज़्यादा नाइस फूड से इन्हों का। चलो जी फिर आप करते हैं अपना डिनर, तो फिर तुम मिलते हैं बैक, फिर तुम दिखाने अगे का सफ़र। चलो जी अपनी फ्लाइट हो गई है लैंड, तो हम आप चलते हैं बाहर एयरपोर्ट से, उत्थे बैठते हैं कपड़े चेंज करते हैं, थोड़ा रिलैक्स करते हैं, तुम्हें दिखाने तो फिर आप सिंगापुर एयरपोर्ट कितना का आ कि आप कि टाइम स्पेंड किया। बने रहो मेरे ब्लॉग का, तो जल्दी वो वीडियो भी आप अपलोड कर देंगे।